ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਦੋਂ ਗੈਰ ਧਰਮਾਂ ਦੇ, ਗੈਰ ਮਜ਼ਹਬਾਂ ਦੇ ਪਖੰਡ ਦੀ ਗੱਲ ਕਰਦੇ ਹੋ, ਭਾਵੇਂ ਪਾਸਟਾਂ ਦੀ ਗੱਲ ਹੋਵੇ ਜਾਂ ਹਿੰਦੂ ਮਜ਼ਹਬ ਦੀ ਗੱਲ ਹੋਵੇ, ਉਦੋਂ ਅਸੀਂ ਉਹਨਾਂ ਨੂੰ ਪਖੰਡੀ ਕਹਿੰਦੇ ਹਾਂ। ਪਰ ਜਦੋਂ ਸਾਡੇ ਆਪਣੇ ਮਜ਼ਹਬ ਦੀ ਸਿੱਖ ਕੌਮ ਦੀ ਗੱਲ ਹੋਵੇ, ਜੇ ਸਾਨੂੰ ਕਹੇ ਕਿ ਤੁਹਾਡੇ ਮਜ਼ਹਬ ਦੇ ਵਿੱਚ, ਤੁਹਾਡੀ ਕੌਮ ਦੇ ਵਿੱਚ ਪਖੰਡ ਚੱਲਦਾ, ਫਿਰ ਅਸੀਂ ਲੋਹੇ ਲਾ ਕੇ ਆਉਂਦੇ ਹਾਂ। ਫਿਰ ਅਸੀਂ ਕਹਿੰਦੇ ਨਹੀਂ, ਸਾਡੇ ਸਤਿਗੁਰੂ ਪੂਰੇ ਨੇ, ਸਾਡਾ ਗੁਰੂ ਪੂਰਾ, ਫਿਰ ਅਸੀਂ ਇਹ ਕਹਿੰਦੇ ਹਾਂ। ਇੱਕ ਕਲਪਨਾ ਹੈ, ਮਿਥਿਹਾਸਿਕ ਇੱਕ ਕਹਾਣੀ ਹੈ, ਉਹ ਕੀ ਹੈ, ਬੀਬੀ ਰਜਨੀ। ਪੰਜਾਬ ਦਾ ਇੱਕ ਪਿੰਡ ਹੈ ਭੱਠੀ ਨਗਰ, ਅਤੇ ਉਸ ਨਗਰ ਦੇ ਨਾਲ ਇਹ ਕਹਾਣੀ ਜੋੜਤੀ ਨਗਰ ਹੈ ਜਾਂ ਨਹੀਂ, ਇਹ ਕਿਸੇ ਵੀ ਪ੍ਰਚਾਰਕ ਨੇ, ਢਾਡੀ ਰਾਗੀ ਨੇ ਦੱਸਿਆ ਨਹੀਂ, ਪਰ ਲਿਖਿਆ ਹੋਇਆ। ਉਸ ਪਿੰਡ ਦਾ ਜੰਗੀਰਦਾਰ ਦੁਨੀ ਚੰਦ, ਉਹਦੇ ਪੰਜ ਬੇਟੀਆਂ ਨੇ। ਮੇਰੇ ਘਰ ਵਿੱਚ ਬੇਟਾ ਹੋਵੇ, ਉਹਨੇ ਬੜੀਆਂ ਪਤਾ ਨਹੀਂ ਅਰਦਾਸਾਂ ਨੱਕ ਕਿੱਥੇ ਕਿੱਥੇ ਰਗੜੇ, ਬੇਟਾ ਨਹੀਂ ਹੋਇਆ, ਪੁੱਤਰ ਨਹੀਂ ਹੋਇਆ। ਜਦੋਂ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰੋਗੇ, ਬਹੁਤ ਵੱਡਾ ਸਵਾਲ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਹਿਲੇ ਸਿੱਖ ਕੌਣ ਨੇ? ਬੇਬੇ ਨਾਨਕੀ। ਬੇਬੇ ਨਾਨਕੀ ਦੇ ਘਰ ਨਾ ਧੀ ਹੈ ਨਾ ਪੁੱਤ ਹੈ। ਬਹੁਤ ਵੱਡੇ ਸਵਾਲ ਨੇ ਸਾਡੇ ਲਈ। ਕਿਤੇ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ ਕਿ ਬੇਬੇ ਨਾਨਕ ਨੇ ਅਰਦਾਸ ਕੀਤੀ ਹੋਵੇ ਜਾਂ ਸਤਿਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਪੁੱਤਰ ਦੀ ਦਾਤ ਮੰਗੀ ਹੋਵੇ, ਧੀ ਦੀ ਦਾਤ ਮੰਗੀ ਹੋਵੇ, ਕਦੇ ਨਹੀਂ ਆਉਂਦਾ। ਅਤੇ ਇਹ ਜਿਹੜੀ ਕਹਾਣੀ ਹੈ, ਉਹ ਦੁਨੀ ਚੰਦ ਸੇਠ ਆਪਣੀਆਂ ਚਾਰ ਬੇਟੀਆਂ ਦਾ ਵਿਆਹ ਕਰ ਦਿੰਦਾ, ਅਤੇ ਜਿਹੜੀ ਪੰਜਵੀਂ ਬੇਟੀ ਹੈ ਬੀਬੀ ਰਜਨੀ, ਉਹਦਾ ਨਾਂ ਹੈ, ਉਹਦਾ ਵਿਆਹ ਕਰਨਾ। ਇੱਥੇ ਥੋੜ੍ਹਾ ਜਿਹਾ ਰੁਕ ਜਾਓ, ਜਿਹੜੀਆਂ ਪਹਿਲੀਆਂ ਚਾਰ ਬੇਟੀਆਂ ਦੀ ਮੈਰਿਜ ਕੀਤੀ ਹੈ, ਉਹ ਕਿੱਥੇ ਵਿਆਹੀਆਂ ਨੇ, ਉਹਨਾਂ ਦਾ ਨਾਮ ਕੀ ਹੈ, ਉਹਨਾਂ ਦੇ ਸਹੁਰੇ, ਉਹਨਾਂ ਦੀ ਸੱਸ, ਉਹ ਕਿੱਥੇ ਰਹਿੰਦੇ ਸੀ, ਕਿਹੜਾ ਪਿੰਡ ਸੀ, ਕਿਸੇ ਨੇ ਕੁਝ ਨਹੀਂ ਦੱਸਿਆ, ਕੇਵਲ ਬੀਬੀ ਰਜਨੀ। ਅਤੇ ਉਹ ਦੁਨੀ ਚੰਦ ਪੁੱਛਦਾ ਆਪਣੀਆਂ ਚਾਰ ਬੇਟੀਆਂ ਤੋਂ ਕਿ ਤੁਸੀਂ ਕਿਹਦਾ ਦਿੱਤਾ ਖਾਨੀ ਹੋ? ਉਹ ਕਹਿੰਦੀਆਂ ਤੁਹਾਡਾ ਦਿੱਤਾ ਪਿਤਾ ਜੀ। ਬੀਬੀ ਰਜਨੀ ਕਹਿੰਦੀ ਮੈਂ ਰੱਬ ਦਾ ਦਿੱਤਾ ਖਾਨੀ ਹਾਂ, ਇਹ 'ਚ ਕੋਈ ਸ਼ੱਕ ਨਹੀਂ, ਸਭ ਦਾਤਾਂ ਉਸ ਪਰਮਾਤਮਾ ਦੇ ਕੋਲੋਂ ਮਿਲੀਆਂ ਹੋਈਆਂ ਨੇ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਨਿਸ਼ਾਨੀਆਂ ਸਮਝ ਕੇ ਜਿੰਨੀਆਂ ਦਾਤਾਂ ਮਿਲੀਆਂ ਨੇ ਅਸੀਂ ਸ਼ੁਕਰ ਕਰਨਾ, ਇਹ 'ਚ ਕੋਈ ਸ਼ੱਕ ਨਹੀਂ। ਚਲੋ ਕਹਾਣੀ ਅੱਗੇ ਚੱਲਦੀ ਹੈ। ਉਹ ਦੁਨੀ ਚੰਦ ਬੀਬੀ ਰਜਨੀ ਦਾ ਵਿਆਹ ਤਲਖੀ ਵਿੱਚ ਆ ਕੇ ਇੱਕ ਕੋਹੜੀ ਦੇ ਨਾਲ ਕਰ ਦਿੰਦਾ, ਅਤੇ ਬੀਬੀ ਰਜਨੀ ਉਹ ਕੋਹੜੀ ਨੂੰ ਲੈ ਕੇ ਘੁੰਮਦੀ ਹੈ, ਮੰਗ ਕੇ ਖਾਂਦੀ ਹੈ। ਜਿਹੜੀ ਦੁੱਖ ਭੰਜਨੀ ਬੇਰੀ ਅੱਜ ਸਰੋਵਰ ਦੇ ਕੰਢੇ 'ਤੇ ਲੱਗੀ ਹੋਈ ਹੈ, ਅਤੇ ਉੱਥੇ ਪਹਿਲਾਂ ਛੱਪੜੀ ਸੀ, ਇਤਿਹਾਸਕਾਰ ਇਹੀ ਲਿਖਦੇ ਹੈ। ਉਹ ਛੱਪੜੀ ਦੇ ਵਿੱਚ ਕਾਲੇ ਘਾਂ ਵੜਦੇ ਆ, ਨਹਾ ਕੇ ਚਿੱਟੇ ਬਣ ਕੇ ਨਿਕਲ ਜਾਂਦੇ ਆ, ਇਹੀ ਹੈ ਨਾ। ਅਤੇ ਉਹ ਕੋਹੜੀ ਨੇ ਦੇਖ ਲਿਆ, ਅਤੇ ਉਹਨੇ ਰਿੜ ਰਿੜ ਕੇ ਉੱਥੇ ਪਾਣੀ ਵਿੱਚ ਚੁੱਭੀ ਮਾਰੀ, ਉਹ ਵੀ ਸਹੀ ਸਲਾਮਤ ਹੋ ਗਿਆ। ਬੀਬੀ ਰਜਨੀ ਆਉਂਦੀ ਹੈ, ਉਹਨੂੰ ਭੁਲੇਖਾ ਪੈਂਦਾ, ਲੋਕ ਇਕੱਠੇ ਹੋ ਜਾਂਦੇ ਆ, ਸ਼ੰਕਾ ਮਿਟਾਉਣ ਲਈ ਬਾਬਾ ਬੁੱਢਾ ਸਾਹਿਬ ਕੋਲ ਚਲੇ ਜਾਂਦੇ ਆ। ਬਾਬਾ ਬੁੱਢਾ ਸਾਹਿਬ ਤੋਂ
ਗਵਾਹੀ ਪਵਾਈ ਜਾਂਦੀ ਹੈ ਕਿ ਇਹ ਛੱਪੜੀ ਕਰਾਮਾਤ ਵਾਲੀ ਹੈ ਅਤੇ ਸੱਚ ਮੰਨ ਲਿਆ ਗਿਆ। ਇਹ ਕਹਾਣੀ ਪ੍ਰਚਲਿਤ ਹੋ ਗਈ। ਇੱਕ ਮੈਂ ਬੇਨਤੀ ਕਰਦਾ, ਜਦੋਂ ਸਿੱਖ ਕੌਮ ਦੇ ਵਿੱਚ ਘੁਸਪੈਠ ਹੋਏ ਆ ਨਾ, ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸਿਧਾਂਤਾਂ ਨੂੰ, ਉਦੋਂ ਬੜੀ ਬਰੀਕੀ ਦੇ ਨਾਲ, ਜਿਹਨੂੰ ਤੁਸੀਂ ਵਿਪਰ ਕਹਿੰਦੇ ਹੋ ਨਾ, ਉਹਨੇ ਬੜੀ ਬਰੀਕੀ ਦੇ ਨਾਲ ਘੁਸਪੈਠ ਕੀਤਾ, ਅਸੀਂ ਸਮਝ ਨਹੀਂ ਸਕਦੇ। ਅਤੇ ਨਾਲ ਹੀ ਇੱਕ ਸ਼ਬਦ ਜੋੜ ਦਿੰਦੇ ਨੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਅਰਾਧੀਏ ਪੂਰਨ ਸਤਿਗੁਰ ਗਿਆਨ। ਇਹ ਰਹੋ ਵਾਲਾ ਬੰਦ ਹੈ, ਗੌੜੀ ਮਾਜ ਮੇਲਾ ਪੰਜਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਰਚਨਾ। ਹੁਣ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਅੱਗੇ ਜਾਓ, ਆਠ ਪੈਰ ਅਰਾਧੀਏ ਪੂਰਨ ਸਤਿਗੁਰ ਗਿਆਨ, ਇਹ ਰਹੋ ਵਾਲਾ ਬੰਦ ਪਹਿਲਾਂ ਹੀ ਹੈ। ਕਹਿੰਦੇ ਅੱਠੇ ਪਹਿਰ ਉਸ ਪਰਮਾਤਮਾ ਨੂੰ ਅਰਾਧਨਾ, ਅਰਾਧਨਾ ਕਿਵੇਂ, ਪੂਰਨ ਸਤਿਗੁਰ ਗਿਆਨ, ਜਿਹੜਾ ਗਿਆਨ ਹੈ, ਉਪਦੇਸ਼ ਹੈ ਗੁਰੂ ਦਾ, ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ, ਗਿਆਨਵਾਨ ਬਣਨਾ, ਗੁਰੂ ਦਾ ਸਿਧਾਂਤ ਕੀ ਹੈ ਉਹਨੂੰ ਸਮਝ ਕੇ ਚੱਲਣਾ, ਸ਼ੁਕਰ ਕੀ ਹੈ ਉਸ ਪਰਮਾਤਮਾ ਦਾ, ਸਿਮਰਨ ਕੀ ਹੈ ਉਹ ਪਰਮਾਤਮਾ ਦਾ, ਅਸੀਂ ਗੁਰੂ ਦੇ ਉਪਦੇਸ਼ ਨੂੰ ਮੰਨਣਾ, ਜਿੱਥੋਂ ਗੁਰੂ ਸਾਹਿਬ ਸਾਨੂੰ ਰੋਕਦੇ ਨੇ ਉੱਥੋਂ ਅਸੀਂ ਰੁਕਣਾ, ਜਿਹੜੇ ਰਸਤੇ 'ਤੇ ਤੋਰਦੇ ਨੇ ਉਸ ਰਸਤੇ 'ਤੇ ਅਸੀਂ ਤੁਰਨਾ। ਅਤੇ ਇਹ ਜਿਹੜੀ ਬੀਬੀ ਰਜਨੀ ਦੀ ਕਹਾਣੀ ਸੁਣਾਈ ਜਾਂਦੀ ਹੈ, ਇਹ ਕਿਹਨੇ ਸੁਣਾਈ, ਢਾਡੀਆਂ ਨੇ, ਰਾਗੀਆਂ ਨੇ, ਕਵੀਸ਼ਰਾਂ ਨੇ, ਕਰਾਮਾਤ ਦਿਖਾਈ। ਥੋੜ੍ਹਾ ਜਿਹਾ ਹੋਰ ਰੁਕ ਜਿਓ, ਜਿਹੜੇ ਬੰਦੇ ਕਹਿੰਦੇ ਨੇ ਸਰੋਵਰਾਂ ਦੇ ਵਿੱਚ ਸ਼ਕਤੀਆਂ ਨੇ, ਪਹਿਲੀ ਗੱਲ ਤਾਂ ਜਦੋਂ ਤੁਸੀਂ ਬਾਣੀ ਦਾ ਕੋਈ ਸ਼ਬਦ ਲੈਂਦੇ ਹੋ ਉਹਦੇ ਅਰਥਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਮੈਨੂੰ ਵੀ ਵਾਰ ਵਾਰ ਫੋਨ ਕਰਨਗੇ, ਗਿਆਨੀ ਜੀ ਤੁਸੀਂ ਸਰੋਵਰਾਂ ਦੀ ਨਿੰਦਿਆ ਕਰਦੇ ਹੋ, ਅਤੇ ਗੁਰੂ ਪਾਤਸ਼ਾਹ ਕਹਿੰਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਉੱਥੇ ਸਰੋਵਰ ਦਾ ਅਰਥ ਨਹਾਉਣ ਵਾਲਾ ਸਰੋਵਰ ਹੈ, ਉੱਥੇ ਸਰੋਵਰ ਦਾ ਅਰਥ ਹੈ ਰਾਮਦਾਸ ਸਰੋਵਰ ਨਹਾਤੇ, ਰਾਮ ਦਾ ਅਰਥ ਹੈ ਪਰਮਾਤਮਾ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਜਿਹੜੇ ਦਾਸ ਨੇ, ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਸਿਫ਼ ਸਲਾਹ ਦੇ ਗੁਣ ਗਾਉਂਦੇ ਹੈ, ਉੱਥੇ ਸਰੋਵਰ ਦਾ ਅਰਥ ਹੈ ਸਾਧ ਸੰਗਤ। ਪਹਿਲੀ ਗੱਲ ਤਾਂ ਅਸੀਂ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰੀ ਜਾਂਦੇ ਹਾਂ। ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹ ਕੇ ਦੇਖੋ, ਇਹ ਸ਼ਬਦ ਜਿਹੜਾ ਸਰੋਵਰ ਆਇਆ ਇਹਦੇ ਅਰਥ ਕੀ, ਪਾਣੀ ਵਾਲਾ ਸਰੋਵਰ ਹੈ? ਬਿਲਕੁਲ ਨਹੀਂ, ਅਸੀਂ ਮੰਨਣਾ ਥੋੜ੍ਹੀ ਹੈ, ਇਹ ਤਾਂ ਗੁਰੂ ਸਾਹਿਬ ਦੇ ਨਾਲੋਂ ਵੀ ਵੱਡੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਅਰਥ ਕਰਦੇ ਹਾਂ, ਅਤੇ ਫਿਰ ਕਰਾਮਾਤਾਂ ਦਿਖਾਉਣੀਆਂ ਨੇ ਅਸੀਂ। ਚਲੋ, ਮੈਂ ਜਿਹੜੀ ਬੇਨਤੀ ਕਰ ਰਿਹਾ, ਜਿਹੜੀ ਬੇਰੀ ਸਰੋਵਰ ਦੇ ਕੰਢੇ 'ਤੇ ਅੱਜ ਵੀ ਹੈ, ਕਿ ਅੱਜ ਉਹ ਬੇਰੀ ਦੇ ਵਿੱਚ ਉਹ ਸ਼ਕਤੀ ਹੈ, ਜਿਹੜੀ ਸ਼ਕਤੀ ਦਿਖਾਈ ਗਈ, ਜਿਹਨੂੰ ਗੁਰੂ ਘਰ ਦੇ ਨਾਲ ਇੱਕ ਸ਼ਕਤੀ ਵਾਲੀ ਛੱਪੜੀ ਬੇਰੀ ਬਣਾ ਕੇ ਜੋੜਿਆ ਗਿਆ, ਉੱਥੇ ਸ਼ਕਤੀ ਅੱਜ ਵਰਤਦੀ ਹੈ। ਇਹ ਨਿੰਦਿਆ ਨਹੀਂ, ਇਹ ਪੁਜਾਰੀ ਦੀ ਜੜ ਪੱਟ ਰਿਹਾ ਮੈਂ, ਪੁਜਾਰੀ ਦੀਆਂ ਪੱਖੀਆਂ ਉਧੇੜ ਰਿਹਾ ਮੈਂ। ਜੇ ਸ਼ਕਤੀ ਹੈ ਤਾਂ ਫਿਰ ਅੱਜ ਕੋਈ ਕੋਹੜੀ ਖਤਮ ਹੋ ਗਈ ਪੰਜਾਬ ਦੇ ਵਿੱਚੋਂ, ਦੁਨੀਆਂ ਦੇ ਵਿੱਚੋਂ ਕਿੰਨੇ ਕੋਹੜੀ ਠੀਕ ਹੋਏ ਨੇ, ਅੱਜ ਕਿੰਨੇ ਕੁ ਕਾਂ ਉੱਥੇ ਚਿੱਟੇ ਹੋ ਗਏ ਹੋਏ ਅੱਜ। ਜੇ ਕੋਈ ਘਟਨਾ ਵਾਪਰਦੀ ਹੈ ਨਾ ਇਹੋ ਜਿਹੀ, ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਾਣ ਬੁੱਝ ਕੇ ਵੀਡੀਓ ਵਾਇਰਲ ਕਰਦੇ ਨੇ। ਜੇ ਕਿਸੇ ਪੁਜਾਰੀ ਦੀ ਧੌਣ ਵਿੱਚ ਕਿੱਲਾ ਹੋਵੇ ਨਾ,
ਕਿ ਬੂਟਾ ਸਿੰਘ ਇੱਦਾਂ ਕਹਿੰਦਾ ਜਿੱਥੇ ਮਰਜ਼ੀ ਬਹਾ ਲਿਓ। ਤੁਸੀਂ ਯਾਰ ਬਾਕੀ ਗੱਲਾਂ ਛੱਡੋ, ਜੇ ਇਹਨਾਂ ਸਰੋਵਰਾਂ ਦੇ ਵਿੱਚ ਇਹਨਾਂ ਦੁੱਖ ਭੰਜਣੀਆਂ ਬੇਰੀਆਂ ਦੇ ਵਿੱਚ ਇੰਨੀ ਸ਼ਕਤੀ ਹੈ, ਥੋੜ੍ਹੀ ਜਿਹੀ ਸ਼ਕਤੀ ਉੱਥੋਂ ਲੈ ਲਿਓ, ਬੂਟਾ ਸਿੰਘ ਬਾਰੇ ਚਲਾ ਦਿਓ, ਕਹਿਣ ਦੀ ਲੋੜ ਹੀ ਨਹੀਂ। ਬਾਕੀ ਗੱਲ ਇੱਕ ਮੈਨੂੰ ਘਟਨਾ ਚੇਤੇ ਆ ਗਈ। ਇੱਕ ਘਰ ਦੇ ਵਿੱਚ ਨਾ ਕੋਈ ਗ੍ਰੰਥੀ ਸਾਹਿਬਾਨ ਪਾਠ ਪ੍ਰਕਾਸ਼ ਕਰ ਲੈਂਦਾ, ਪਰਿਵਾਰ ਕਹਿੰਦਾ ਬਾਬਾ ਜੀ ਕਹਿੰਦਾ ਤੁਸੀਂ ਨਾ ਪਾਠ ਸਹੀ ਕਰਿਓ, ਜੇ ਗਲਤ ਕੀਤਾ ਤੁਹਾਨੂੰ ਪਾਪ ਲੱਗੋ। ਉਹ ਗ੍ਰੰਥੀ ਕਹਿੰਦਾ ਜੇ ਪਾਪ ਮੈਨੂੰ ਲੱਗੋ ਨਾ ਫਿਰ ਫਲ ਵੀ ਮੈਨੂੰ ਮਿਲਣਾ, ਤੁਸੀਂ ਤਾਂ ਪਾਠ ਸੁਣਦੇ ਨਹੀਂ। ਉਹ ਗ੍ਰੰਥੀ ਕਹਿੰਦਾ ਕਹਿੰਦਾ ਜੇ ਗਲਤ ਕਰਨ ਦਾ ਪਾਠ ਗਲਤ ਕਰਨ ਦਾ ਪਾਪ ਲੱਗੂ ਨਾ ਮੈਨੂੰ, ਕਹਿੰਦਾ ਫਿਰ ਫਲ ਵੀ ਮੈਨੂੰ ਮਿਲਣਾ, ਕਿਉਂਕਿ ਮੈਂ ਇਕੱਲਾ ਹੀ ਬੰਦ ਕਮਰੇ ਵਿੱਚ ਪਾਠ ਕਰਦਾ, ਤੁਸੀਂ ਤਾਂ ਪਾਠ ਸੁਣਦੇ ਨਹੀਂ। ਇਹ ਦਲੀਲਾਂ ਨੇ। ਦੂਜੀ ਗੱਲ, ਗੁਰਬਾਣੀ ਦੀ ਸ਼ਕਤੀ ਕਿੱਦਾਂ, ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਉਣਾ, ਹਰ ਵਕਤ ਸਾਡੇ ਜੀਵਨ ਦੇ ਵਿੱਚ ਉਹ ਉਪਦੇਸ਼ ਕਮਾਇਆ ਜਾਵੇ, ਉਹ ਉਪਦੇਸ਼ ਦੇ ਨਾਲ ਸਾਡਾ ਜੀਵਨ ਚੇਂਜ ਹੋਣਾ, ਇਹ ਸ਼ਕਤੀ ਹੈ। ਅਸੀਂ ਸਕੂਲਾਂ ਵਿੱਚ ਪੜ੍ਹੇ ਹੋ, ਊੜੇ ਐੜੇ ਤੋਂ ਸ਼ੁਰੂ ਕੀਤਾ, 1, 2, 3, 4 ਤੋਂ ਸ਼ੁਰੂ ਕੀਤਾ, ਨਰਸਰੀ ਤੋਂ ਸ਼ੁਰੂ ਹੋਏ, PhD ਕਰਕੇ, ਪਤਾ ਨਹੀਂ ਕਿੱਡੀਆਂ ਕਿੱਡੀਆਂ ਡਿਗਰੀਆਂ ਕਰਕੇ ਐਡੇ ਐਡੇ ਅਹੁਦਿਆਂ 'ਤੇ ਆਫਿਸਰ ਬਣ ਗਏ, ਇਹ ਸ਼ਕਤੀ ਹੈ। ਇਹ ਸ਼ਕਤੀ ਨੂੰ ਨਾ ਜੇ ਦੇਖਣਾ ਹੋਵੇ ਤੁਸੀਂ ਨੈੱਟ 'ਤੇ ਦੇਖ ਸਕਦੇ ਹੋ ਵੀ ਕਿੱਦਾਂ ਵਾਪਰਦੀ ਹੈ। ਇੱਕ ਛੋਟੀ ਜਿਹੀ ਘਟਨਾ ਸੁਣਾਉਣੀ ਹੈ। ਇੱਕ ਸਕੂਲ ਦੇ ਵਿੱਚ ਬੱਚਾ ਪੜ੍ਹਦਾ ਅਤੇ ਉਹ ਆਪਣੇ ਡੈਡੀ ਨੂੰ, ਆਪਣੇ ਫਾਦਰ ਨੂੰ ਸਕੂਲ ਦੇ ਵਿੱਚ ਦਸਖਤ ਕਰਨੇ ਸੀ ਲੈ ਗਿਆ, ਅਤੇ ਜਿਹੜਾ ਉਹਦਾ ਫਾਦਰ ਸੀ ਨਾ ਉਹ ਦੇਖਣ ਨੂੰ ਗਰੀਬ ਜਿਹਾ ਲੱਗੇ, ਕੰਮ ਵਾਲੇ ਕੱਪੜੇ ਪਾਏ ਸੀ। ਜਦੋਂ ਸੈਨ ਕਰਨ ਲੱਗਾ ਨਾ ਜਿਹੜਾ ਪ੍ਰਿੰਸੀਪਲ ਸੀ, ਤੁਸੀਂ ਵੀਡੀਓ ਦੇਖ ਲਿਓ ਪਈ ਹੈ, ਅਤੇ ਉਹਨੇ ਚੱਕ ਕੇ ਨਾ ਮੋਹਰ ਅਤੇ ਪੈਡ ਅੱਗੇ ਕਰਤੀ ਵੀ ਅੰਗੂਠਾ ਲਾਊਗਾ, ਅਤੇ ਉਹਨੇ ਪ੍ਰਿੰਸੀਪਲ ਤੋਂ ਪੈੱਨ ਮੰਗਿਆ, ਉਹਨੇ ਸੈਨ ਮਾਰੇ ਇੰਨੇ ਵਧੀਆ, ਅਤੇ ਪ੍ਰਿੰਸੀਪਲ ਉਹਦੇ ਕਹਿੰਦੇ ਦੇਖ ਕੇ ਨਾ ਇੱਦਾਂ ਕਰੀ ਜਾਂਦਾ, ਵਾਹ ਵਾਹ ਕਰੀ ਜਾਂਦਾ। ਮਤਲਬ ਇਹ ਪਾਵਰ ਹੈ, ਇਹ ਸ਼ਕਤੀ ਹੈ, ਵਿੱਦਿਆ ਦੇ ਵਿੱਚ ਵੀ ਹੈ ਅਤੇ ਪਾਵਨ ਬਾਣੀ ਦੇ ਵਿੱਚ ਵੀ ਹੈ, ਇੱਦਾਂ ਸ਼ਕਤੀ ਵਰਤਦੀ ਹੈ। ਅਤੇ ਜਿਹੜੀਆਂ ਸ਼ਕਤੀਆਂ ਇਹ ਪੁਜਾਰੀ ਵਰਤਾ ਰਹੇ ਨੇ ਨਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਅਤੇ ਇਹ ਨਿਰਾ ਪਖੰਡ ਹੈ। ਕੋਈ ਬੀਬੀ ਰਜਣੀ ਨਹੀਂ, ਕੋਈ ਕੋਈ ਦੁੱਖ ਭੰਜਣੀ ਬੇਰੀ ਨਹੀਂ, ਕੋਈ ਇਹ ਪੁਜਾਰੀ ਨੇ ਪੈਸਾ ਇਕੱਠਾ ਕਰਨ ਵਾਸਤੇ, ਪੁਜਾਰੀ ਨੇ ਗੋਲਕੰਕ ਭਰਨ ਵਾਸਤੇ ਇਹ ਟਕਵੰਜ ਰਚੇ ਹੋਏ ਨੇ। ਜਥੇਦਾਰ ਤਾਂ ਹੈਗੇ ਨੇ, ਹਲੇ ਕਰ ਲੈਣ ਗੱਲ ਕਦੇ, ਪਰ ਇਹ ਸੱਚਾਈ ਹੈ, ਤਾਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਮੈਂ ਇੱਕ ਹੋਰ ਬੇਨਤੀ ਕਰ ਦਿੰਦਾ, ਧਿਆਨ ਦੇ ਨਾਲ ਸੁਣ ਲਿਓ। ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਬਾਬੇ ਨਾਨਕ ਨੇ ਸਿੱਖ ਧਰਮ ਦੀ, ਸਿੱਖ ਕੌਮ ਦੀ, ਮਜ਼ਹਬ ਦੀ ਨੀਂਹ ਰੱਖੀ, ਅਤੇ ਤੁਸੀਂ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ ਕਿ ਬਾਬੇ ਨਾਨਕ ਨੇ ਕਿਹਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਹੋਵੇ ਕਿ ਤੇਰਾ ਬੇੜਾ ਤਰ ਜੂ, ਕਦੇ ਨਹੀਂ। ਭਾਈ ਮਰਦਾਨਾ ਨਾਲ ਰਹੇ, ਜਦੋਂ ਕਿਸੇ ਨੂੰ ਸਮਝਾਉਣਾ ਸੀ ਨਾ ਉਹਦੀ ਕਿਹਾ ਮਰਦਾਨੇ ਸੇਡ ਰਵਾਬ ਬਾਣੀ ਆਈ ਹੈ, ਕਿਹਾ ਸੀ ਨਾ। ਅਤੇ ਮਰਦਾਨਾ ਜੀ ਰਵਾਬ ਵਜਾਉਂਦੇ ਨੇ, ਗੁਰੂ ਪਾਤਸ਼ਾਹ ਕੀਰਤਨ ਕਰਦੇ ਨੇ, ਜਿਹੜਾ ਕੀਰਤਨ ਸੁਣਦਾ ਸੀ ਨਾ ਉਹਨੂੰ ਸਮਝ ਆ ਗਈ ਕਿ ਇਹ ਸ਼ਬਦ ਮੇਰੇ ਲਈ ਪੜ੍ਹ ਰਹੇ ਨੇ। ਇਸ ਨਾਮ ਸੀ ਬਾਬੇ ਨਾਨਕ ਦਾ। ਮੈਨੂੰ ਬਾਬੇ ਨਾਨਕ ਦੇ ਜੀਵਨ ਵਿੱਚੋਂ ਇੱਕ ਵੀ ਘਟਨਾ ਕੱਢ ਕੇ ਦਿਖਾਓ ਜਿੱਥੇ ਬਿਨਾਂ ਦਲੀਲ ਤੋਂ ਗੱਲ ਕੀਤੀ ਹੋਵੇ, ਕਿਤੇ ਪਾਣੀ ਵਿੱਚ ਹਵਾ ਵਿੱਚ ਡਾਂਗ ਚਲਾਈ ਹੋਵੇ, ਦੱਸਿਓ ਮੈਨੂੰ ਕਿਤੇ।
ਕਿਤੇ ਨਹੀਂ। ਜਿੱਥੇ ਵੀ ਗੱਲ ਕੀਤੀ ਮੇਰੇ ਗੁਰੂ ਨੇ ਪਾਵਨ ਬਾਣੀ ਦੇ ਸ਼ਬਦ ਨਾਲ ਕੀਤੀ, ਅਤੇ ਪੁਜਾਰੀ ਸਵਾਹ ਦੀਆਂ ਪੁੜੀਆਂ ਦੇ ਨਾਲ, ਪਾਣੀ ਦੇ ਨਾਲ। ਆ ਪਿੰਡਾਂ ਦੇ ਵਿੱਚ ਜੇ ਕਿਤੇ ਮੱਝ ਨਾ ਮਿਲੇ ਨਾ ਗੁਰਦੁਆਰੇ ਵਗ ਜਾਣੇ, ਬਾਬਾ ਜੀ ਪਾਣੀ ਕਰ ਦੇ, ਸਾਡੀ ਮੱਝ ਨਹੀਂ ਮਿਲਦੀ, ਪੱਠੇ ਟਾਈਮ ਨਾਲ ਪਾਉਣੇ ਨਹੀਂ, ਪਤਾ ਨਹੀਂ ਕੀ ਕੁਝ ਅਸੀਂ ਕਰਦੇ ਹਾਂ, ਪਸ਼ੂ ਬਿਮਾਰ ਹੁੰਦੇ ਸਾਨੂੰ ਤਾਂ ਨਹੀਂ ਪਤਾ ਲੱਗਦਾ, ਬਸ ਸਿਰ ਦੁਖਦਾ ਹੋਵੇ, ਚਲੋ ਜੀ ਗੁਰਦੁਆਰੇ ਪਾਣੀ ਕਰਾ ਲਓ। ਇਹ ਪਖੰਡ ਹੈ ਸਾਰਾ। ਇਹ ਮੈਂ ਤਾਂ ਬੇਨਤੀ ਕੀਤੀ ਹੈ, ਅਸੀਂ ਗੈਰ ਮਜ਼ਹਬਾਂ ਨੂੰ ਕਹਿੰਦੇ ਹੋ, ਪਾਸਟਰ ਪਖੰਡ ਕਰਦੇ ਨੇ ਜੀ, ਹਿੰਦੂ ਪਖੰਡ ਕਰਦੇ ਨੇ ਜੀ, ਫਲਾਣੇ ਪਖੰਡ ਕਰੀ ਜਾਣ ਦਿਓ, ਤੁਸੀਂ ਦੱਸੋ ਕਰਦੇ ਹੋ ਕਿ ਨਹੀਂ ਕਰਦੇ। ਜੇ ਉਹ ਦੁੱਖ ਭੰਜਣੀ ਬੇਰੀ ਵਿੱਚ ਕੋਈ ਤਾਕਤ ਹੈ, ਸਰੋਵਰ ਵਿੱਚ ਕੋਈ ਤਾਕਤ ਹੈ, ਮੈਂ ਬੈਠਾ ਤੁਹਾਡੇ ਸਾਹਮਣੇ, ਵਰਤ ਲਓ ਮਾੜੀ ਸ਼ਕਤੀ ਇੱਧਰ ਨੂੰ। ਪਰ ਨਹੀਂ, ਜਦੋਂ ਬਾਣੀ ਦੀ ਸ਼ਕਤੀ ਵਰਤੂਗੀ ਨਾ, ਉਦੋਂ ਬਾਣੀ ਦੀ ਸ਼ਕਤੀ ਬਾਣੀ ਪੜ੍ਹ ਕੇ, ਬਾਣੀ ਵਿਚਾਰ ਕੇ, ਜੀਵਨ ਵਿੱਚ ਕਮਾ ਕੇ, ਜੀਵਨ ਚੇਂਜ ਕਰਕੇ ਵਰਤੂਗੀ। ਦੂਜੀ ਗੱਲ, ਜਿਹੜਾ ਚੇਂਜ ਹੋਣਾ ਚਾਹੁੰਦਾ ਚੇਂਜ ਉਹ ਹੋਊਗਾ, ਜਿਹੜਾ ਨਹੀਂ ਹੋਣਾ ਚਾਹੁੰਦਾ ਜੋ ਮਰਜ਼ੀ ਕਰੀ ਚੱਲੋ, ਬਹਾਓ ਜਿਹੜੇ ਪੰਡਿਤ ਨੂੰ ਬਹਾਉਣੇ, ਬਹਾਓ ਜਿਹੜੇ ਪੰਡਿਤ ਨੂੰ, ਜਿਹੜੇ ਵਿਦਵਾਨ ਨੂੰ ਬਹਾਉਣੇ, ਜਿਹੜੇ ਪੁਜਾਰੀ ਨੂੰ ਬਹਾਉਣੇ, ਨਾਲ ਬਹਾਓ ਮੇਰੇ। ਜਿਹੜੀ ਗੱਲ ਆਪਾਂ ਮੰਨਣੀ ਨਹੀਂ, ਕਿੱਦਾਂ ਚੇਂਜ ਕਰ ਦਿਓਗੇ ਬਈ? ਹੋ ਨਹੀਂ ਸਕਦਾ। ਜਿਹੜਾ ਮਨੁੱਖ ਕਹਿੰਦਾ ਮੈਂ ਚੇਂਜ ਹੋਣਾ, ਸਕੂਲਾਂ ਵਿੱਚ ਬੱਚੇ ਪੜ੍ਹਦੇ ਆ ਕਿ ਸਾਰੇ ਜੱਜ ਲੱਗ ਗਏ, ਸਾਰੇ SSB ਲੱਗੇ ਨੇ, ਸਾਰੇ DC ਲੱਗੇ ਨੇ, ਬਿਲਕੁਲ ਨਹੀਂ। ਜਿਹੜਾ ਵਧੀਆ ਤਰੀਕੇ ਨਾਲ ਪੜ੍ਹਿਆ, ਪੇਰੈਂਟਸ ਨੇ ਕੇਅਰ ਕੀਤੀ ਸਮੇਂ ਸਿਰ, ਉਹ ਬਹੁਤ ਪੜ੍ਹ ਲਿਖ ਕੇ ਬਹੁਤ ਵੱਡਾ ਆਫਿਸਰ ਬਣ ਗਿਆ। ਇਹ ਸ਼ਕਤੀ ਹੈ ਪਾਵਨ ਬਾਣੀ ਦੀ, ਇਹਨੂੰ ਮੰਨੀਏ। ਜਿਹੜੇ ਕਰਮ ਕਾਂਡ ਨੇ ਨਾ, ਇਹ ਬਾਬੇ ਨਾਨਕ ਨੇ ਸਾਡੇ ਤੋਂ ਖਹਿੜਾ ਛੁਡਾਇਆ ਸੀ, ਪਰ ਅਸੀਂ ਛੱਡ ਨਹੀਂ ਸਕੇ, ਅਸੀਂ ਫੇਰ ਸਾਡੇ ਗੁਰੂ ਕੌਣ ਹੈ ਜੀ? ਬਾਬਾ ਨਾਨਕ ਨੇ ਨੇ ਬਾਬੇ ਨਾਨਕ ਨੇ ਦਲੀਲ ਨਾਲ ਗੱਲ ਕੀਤੀ ਹੈ, ਕੁਫਰ ਨਹੀਂ ਤੋਲਿਆ, ਪਖੰਡ ਨਹੀਂ ਕੀਤਾ, ਇਹ ਕੌੜਾ ਸੱਚ ਹੈ। ਜਿਹੜੇ ਅੱਜ ਦੇ ਪੁਜਾਰੀ ਨੇ ਨਾ, ਬਾਣੀ ਨਾਲ ਤੋੜ ਕੇ, ਕਰਾਮਾਤਾਂ ਨਾਲ ਜੋੜ ਕੇ, ਗੁੰਮਰਾਹ ਕਰਕੇ, ਸਿੱਖ ਫਲਸਫੇ ਦਾ, ਸਿੱਖ ਸਿਧਾਂਤ ਦਾ ਮਲੀਆ ਮੇਟ ਕਰ ਰਹੇ ਨੇ, ਇਹ ਕੌੜਾ ਸੱਚ ਹੈ ਮਿੱਤਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।